ਸਤਿ ਸ਼੍ਰੀ ਅਕਾਲ ਪੇਸ਼ ਨੇ ਹੁਣ ਤੱਕ ਦੀਆਂ ਖਬਰਾਂ ਉਪਰਾਸ਼ਟਪਤੀ ਐਮ ਵਿੰਕੀਆ ਨਾਇਰੂ ਨੇ ਦੇਸ਼ ਵਾਸੀਆਂ ਨੂੰ ਖਾਦੀ ਨੂੰ ਰਾਸ਼ਟਰੀ ਕਪੜਾ ਵਜੋਂ ਮਾਨਤਾ ਦੇਣ ਅਤੇ ਇਸਤੇਮਾਲ ਨੂੰ ਵੱਡੇ ਪੱਧਰ ਤੇ ਪ੍ਰਮੋਟ ਕਰਨ ਦੀ ਅਪੀਲ ਕੀਤੀ ਹੈ ਅੱਜ ਖਾਦੀ ਇੰਡੀਆ ਕੋਇਜ਼ ਮੁਕਾਬਲਾ ਲਾਂਚ ਕਰਨ ਸਮੇਂ ਬੋਲਦਿਆਂ ਉਪਰਾਸ਼ਟਪਤੀ ਨੇ ਵੱਖ-ਵੱਖ ਖੇਤਿਆਂ ਦੀਆਂ ਉੱਗੀਆਂ ਹਸਤੀਆਂ ਨੂੰ ਖਾਦੀ ਨੂੰ ਵੱਡੇ ਪੱਧਰ ਤੇ ਪ੍ਰਮੋਟ ਕਰਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ ਖਾਦੀ ਇੰਡੀਆ ਕੁਇਜ਼ ਮੁਕਾਬਲਾ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਦੇ ਹਿੱਸੇ ਵਜੋਂ ਖਾਦੀ ਅਤੇ ਪੇਂਡੂ ਸੰਵਤਾਂ ਕਮਿਸ਼ਨ ਵੱਲੋਂ ਆਯੋਜਿਤ ਕੀਤਾ ਜਾ ਰਿਹਾ ਹੈ ਐਮਬੈਂਕ ਯਨਾਈਡੂ ਨੇ ਸਾਰਿਆਂ ਨੂੰ ਖਾਦੀ ਕੁਇਜ਼ ਮੁਕਾਬਲੇ 'ਚ ਹਿੱਸਾ ਲੈਣ ਲਈ ਆਖਿਆ ਉਹਨਾਂ ਕਿਹਾ ਕਿ ਖਾਦੀ ਮੁਕਾਬਲਾ ਸਾਨੂੰ ਆਪਣੀਆਂ ਜੜ੍ਹਾਂ ਵੱਲ ਮੁੜ ਕੇ ਲੈ ਕੇ ਜਾਵੇਗਾ ਤੇ ਇਸ ਨਾਲ ਸਾਡੀ ਆਜ਼ਾਦੀ ਦੀ ਲੜਾਈ ਦੇ ਇਤਿਹਾਸਕ ਪਲਾਂ ਅਤੇ ਸਾਡੇ ਮਹਾਨ ਆਜ਼ਾਦੀ ਸੰਗਰਾਮੀਆਂ ਦੇ ਯੋਗਦਾਨ ਦੀ ਯਾਦ ਤਾਜ਼ਾ ਹੋਵੇਗੀ ਇਸ ਸਾਲ 6 April ਨੂੰ ਆਜ਼ਾਦੀ ਕਾ ਅਮ੍ਰਿਤ ਮਹੋਤਸਵ ਤਹਿਤ ਕਰਵਾਏ ਗਏ ਸੰਕੇਤਕ ਡਾਂਡੀ ਮਾਰਚ ਦੇ ਸਮਾਪਤੀ ਸਮਾਗਮ ਦੀਆਂ ਆਪਣੀਆਂ ਯਾਦਾਂ ਨੂੰ ਚੇਤੇ ਕਰਦਿਆਂ ਉਪਰਾਸ਼ਟਪਤੀ ਨੇ ਕਿਹਾ ਕਿ ਇਸ ਮਾਰਚ ਵਿੱਚ ਹਿੱਸਾ ਲੈਣ ਵਾਲੇ ਲੋਕਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਭਾਰਤ ਦੇ ਪੁਰਾਣੇ ਗੌਰਵ ਨੂੰ ਦੁਬਾਰਾ ਜਿਉਣ ਦਾ ਅਹਿਸਾਸ ਹੋਇਆ ਅਤੇ ਉਹਨਾਂ ਦਾ ਇਹ ਤਜਰਬਾ ਬਹੁਤ ਹੀ ਵਧੀਆ ਰਿਹਾ। ਉਪਰਾਸ਼ਟਪਤੀ ਨੇ ਵਾਤਾਵਰਣ ਦੇ ਲਿਹਾਜ਼ ਨਾਲ ਵੀ ਖਾਦੀ ਨੂੰ ਲਾਭਕਾਰੀ ਦੱਸਿਆ। ਉਹਨਾਂ ਵਿਦਿਅਕ ਸੰਸਥਾਵਾਂ ਨੂੰ ਖਾਦੀ ਦੀਆਂ ਵਰਦੀਆਂ ਅਪਣਾਉਣ ਦੀਆਂ ਸੰਭਾਵਨਾਵਾਂ ਖੋਜਣ ਦੀ ਵੀ Appeal. Which inspires us to keep moving, no matter how adverse the situation gets. It was also a journey of unmatched unity, where people from all corners of our country came together with a singular resolve to make Britishers quit India. There is so much. To ਸੁਪਰੀਮ ਕੋਰਟ ਲਈ ਅੱਜ ਦਾ ਦਿਨ ਬਿਹਤਰ ਇਤਿਹਾਸਿਕ ਰਿਹਾ ਜਦੋਂ ਇੱਕੋ ਵਾਰ 9 ਜੱਜਾਂ ਨੂੰ ਅਹੁਦੇ ਅਤੇ ਪੇਧ ਗੁਪਤ ਰੱਖਣ ਦੀ ਸਹੁੰ ਚੁਕਾਈ ਗਈ ਇਹ ਪਹਿਲੀ ਵਾਰ ਹੈ ਜਦੋਂ ਤਿੰਨ ਮਹਿਲਾ ਜੱਜਾਂ ਸਮੇਤ 9 ਜੱਜਾਂ ਨੂੰ ਇੱਕੋ ਵਾਰ ਸਹੁੰ ਚੁਕਾਈ ਗਈ ਅਤੇ ਸਹੁੰ ਚੁੱਕ ਸਮਾਗਮ ਦਾ ਸਿੱਧਾ ਪ੍ਰਸਾਰਣ ਵੀ ਕੀਤਾ ਗਿਆ ਸੁਪਰੀਮ ਕੋਰਟ ਦੀ ਕਾਲੇਜਮ ਦੇ ਦੋ ਜੱਜਾਂ ਦੇ ਨਾਵਾਂ ਦੀ ਸਿਫਾਰਿਸ਼ ਕੀਤੀ ਸੀ ਅਤੇ ਕੇਂਦਰ ਸਰਕਾਰ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਇਹਨਾਂ ਨਾਵਾਂ ਨੂੰ ਹਰੀ ਝੰਡੀ ਦੇ ਦਿੱਤੀ ਸੀ ਜਿਨ੍ਹਾਂ ਨਵੇਂ ਜੱਜਾਂ ਨੂੰ ਅੱਜ ਸੌਂ ਚੁਕਾਈ ਗਈ ਹੈ ਉਹਨਾਂ ਵਿੱਚ ਜਸਟਿਸ ਸੀਟੀ ਰਵੀ ਕੁਮਾਰ ਜਸਟਿਸ ਪੀਐਸ ਨਰਸਿਮਹਾ ਜਸਟਿਸ ਅਭੈ ਸ਼੍ਰੀਵਾਸ ਓਕ ਜਸਟਿਸ ਐਮ ਐਮ ਸੁੰਦਰੇਸ਼ ਜਸਟਿਸ ਹਿਮਾ ਕੋਹਲੀ ਜਸਟਿਸ ਬੇਲਾ ਐਮ ਤ੍ਰਿਵੇਦੀ ਜਸਟਿਸ ਬੀ ਵੀ ਨਾਗਰਤਨਾ ਜਸਟਿਸ ਵਿਕਰਮਨਾਥ ਜਸਟਿਸ ਦਿਤੇਂਦਰ ਕੁਮਾਰ ਮਹੇਸ਼ਵਰੀ ਸ਼ਾਮਲ ਨੇ ਸੁਪਰੀਮ ਕੋਰਟ ਵਿੱਚ ਇਹਨਾਂ 9 ਜੱਜਾਂ ਦੀ ਨਿਯੁਕਤੀ ਹੋਣ ਨਾਲ ਦੇਸ਼ ਦੀ ਸਰਵੋੱਚ ਅਦਾਲਤ 'ਚ ਜੱਜਾਂ ਦੀ ਕੁੱਲ ਗਿਣਤੀ 33 ਹੋ ਗਈ ਹੈ ਜਦਕਿ ਇੱਕ ਸੀਟ ਅਜੇ ਵੀ ਭਰੀ ਜਾਣੀ ਬਾਕੀ ਹੈ ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ 30941 ਨਵੇਂ ਕਰੋਨਾ ਮਾਮਲੇ ਰਿਪੋਰਟ ਕੀਤੇ ਗਏ ਨੇ ਜਦਕਿ 34275 ਮਰੀਜ਼ ਠੀਕ ਹੋਏ ਨੇ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਵੱਲੋਂ ਜਾਰੀ ਕੀਤੇ ਗਏ ਬਿਆਨ ਚ ਕਿਹਾ ਗਿਆ ਹੈ ਕਿ ਨਵੇਂ ਮਾਮਲਿਆਂ ਨਾਲ ਦੇਸ਼ ਵਿੱਚ ਪੁਸ਼ਟੀ ਵਾਲੇ ਕੁੱਲ ਮਾਮਲਿਆਂ ਦੀ ਗਿਣਤੀ 3 ਕਰੋੜ 27 ਲੱਖ 66880 ਹੋ ਗਈ ਹੈ ਜਿਨ੍ਹਾਂ ਵਿੱਚੋਂ 3 ਕਰੋੜ 19 ਲੱਖ 98680 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਨੇ ਦੇਸ਼ ਵਿੱਚ ਇਸ ਵੇਲੇ 3 ਲੱਖ 70640 ਕੁੱਲ ਐਕਟਿਵ ਮਾਮਲੇ ਨੇ ਜੋ ਪੁਸ਼ਟੀ ਵਾਲੇ ਕੁੱਲ ਮਾਮਲਿਆਂ ਦਾ 1.13 ਫੀਸਦ ਬਣਦਾ ਹੈ ਮੰਤ੍ਰਾਲੇ ਨੇ ਦੱਸਿਆ ਕਿ ਸੇਤਿਆਪੀ ਦੀ ਦਰ 99.53% ਤੇ ਪਹੁੰਚ ਗਈ ਹੈ। ਬੀਤੇ 24 ਘੰਟਿਆਂ ਦੌਰਾਨ 350 ਵਿਅਕਤੀਆਂ ਦੀ ਮੌਤ ਹੋਈ ਹੈ ਜਿਸ ਨਾਲ ਦੇਸ਼ ਵਿੱਚ ਹੁਣ ਤੱਕ ਕੋਰੋਨਾ ਮਹਾਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ 438569 ਹੋ ਗਈ ਹੈ। ਦੇਸ਼ ਵਿੱਚ ਕੋਵਿਡ-19 ਵਿਰੁੱਧ ਸ਼ੁਰੂ ਕੀਤੀ ਗਈ ਰਾਸ਼ਟਰੀ ਆਪੀ ਟਿਕਾਕਰਨ ਮਹਿੰਮ ਤਹਿਤ ਬੀਤੇ 24 ਘੰਟਿਆਂ ਦੌਰਾਨ ਕੋਵਿਡ ਦੀਆਂ 5962286 ਖੁਰਾਕਾਂ ਦਿੱਤੀਆਂ ਗਈਆਂ ਨੇ। ਜਿਸ ਤਹਿਤ ਹੁਣ ਤੱਕ 64 ਕਰੋੜ 5 ਲੱਖ 28 ਹਜ਼ਾਰ 644 ਤੋਂ ਵੱਧ ਲੋਕਾਂ ਨੂੰ ਟੀਕੇ ਦੀ ਖੁਰਾਕ ਦਿੱਤੀ ਜਾ ਚੁੱਕੀ ਹੈ। ਰਾਜਸਥਾਨ ਦੇ ਨਗੌਰ ਸ਼ਹਿਰ 'ਚ ਅੱਜ ਸਵੇਰੇ ਹੋਏ ਇੱਕ ਸੜਕ ਹਾਦਸੇ 'ਚ 11 ਲੋਕਾਂ ਦੀ ਮੌਤ ਹੋਈ ਜਦਕਿ 7 ਹੋਰ ਜ਼ਖਮੀ ਹੋਏ ਨੇ। ਨਗੌਰ ਦੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਇੱਕ ਟਰੱਕ ਅਤੇ ਜੀਪ ਵਿਚਾਲੇ ਸ਼੍ਰੀ ਬਾਲਾਜੀ ਨੇੜੇ ਵਾਪਰਿਆ ਜਿਸ ਵਿੱਚ 8 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ 3 ਹੋਰਨਾਂ ਨੇ ਹਸਪਤਾਲ 'ਚ ਦਮ ਤੋੜ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਇਹ ਸਾਰੇ ਲੋਕ ਮੱਧ ਪ੍ਰਦੇਸ਼ ਦੇ ਪਿੰਡ ਸੱਜਣ ਖੇੜਾ ਦੌਲਤਪੁਰ ਦੇ ਰਹਿਣ ਵਾਲੇ ਸਨ ਤਿਬੀਕਾ ਨੇ ਰਾਮਦੇਵ ਰਾਜਾਰੇ ਸਨ ਕਿ ਇੱਕ ਤੇਜ਼ ਰਫ਼ਤਾਰ ਟਰੱਕ ਨੇ ਜੀਪ ਵਿੱਚ ਟੱਕਰ ਮਾਰ ਦਿੱਤੀ ਜਿਸ ਕਾਰਨ ਇਹ ਹਾਦਸਾ ਵਾਪਰਿਆ ਅਧਿਕਾਰੀਆਂ ਅਨੁਸਾਰ ਜ਼ਖਮੀ ਹੋਏ 7 ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ 'ਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨਾਲ ਡੂੰਗੀ ਸੰਵੇਦਨਾ ਜ਼ਾਹਰ ਕੀਤੀ ਹੈ ਅਤੇ ਉਨ੍ਹਾਂ ਮ੍ਰਿਤਕਾਂ ਦੇ ਵਾਰਸਾਂ ਨੂੰ ਪੀਐਮਐਨਆਰ ਫੰਡ ਐਫ ਤੋਂ 2-2 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਐਸਨਾਲੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ ਅਗਿਆਤੋ ਤਨਫਾਜ਼